ਤੇ ਬਾਬਾ ਜੀ ਦੀ ਰੱਖ ਲਈ ਦੀ ਆ, ਉਹ ਕਮਰਾ ਭਰਿਆ ਵਾ। ਜ਼ਿਆਦਾ ਰੋਗ ਹੋਵੇ ਥੋੜ੍ਹੀ ਜਿਹੀ ਜ਼ਿਆਦਾ ਲੈ ਜਾਣੀ ਆ, ਡੇਢ ਕਿਲੋ ਇੰਨੀ ਕੁ ਪਾ ਕੇ ਲੈ ਜਾਣੀ ਆ, ਅਤੇ ਥੋੜ੍ਹਾ ਰੋਗ ਆ ਅਤੇ ਥੋੜ੍ਹੀ ਲੈ ਜਾਣੀ ਆ। ਇੱਕ ਜਿਸ ਤਰ੍ਹਾਂ ਸਰੈਸਿਸ ਦਾ ਜਿਹੜਾ ਸਰੈਸਿਸ ਰੋਗ ਹੈ, ਬਹੁਤ ਨਾਮਰਾਜ ਬਿਮਾਰੀ ਆ, ਇਹ ਤਾਂ ਹਟਦੀ ਨਹੀਂ, ਕਿਸੇ ਕੀਮਤ ਨਾਲ ਨਹੀਂ ਹਟਦੀ, ਡਾਕਟਰ ਨਾਲ ਨਹੀਂ ਹਟਦੀ। ਡਾਕਟਰ ਤਾਂ ਆਪ ਇੱਥੇ ਆਉਂਦੇ ਵੈਗਰੂ ਚੰਡੀਗੜ੍ਹ ਤੋਂ, ਡਾਕਟਰ ਇੱਥੋਂ ਰੱਖ ਬਾਬਾ ਜੀ ਦੀ ਲੈ ਕੇ ਜਾਂਦੇ, ਸਾਰੇ ਸਾਰੇ ਕਈਆਂ ਪਰਿਵਾਰਾਂ ਨੂੰ ਹੋਈ ਆ। ਇਹ लग रहा है मेरे को सोराइसिस थी 15 साल से, और मैंने इतने सारे इलाज कराए थे, मुझे कहीं से कोई फ़र्क नहीं पड़ा, और अब मुझे सिर्फ 25 दिन हुए हैं और मेरे को काफ़ी फ़र्क लग रहा है मेरे सोराइसिस में। जो गुरु अर्जन देव पातशाह ने कहा, जिहड़ा तेरे पिंड का रोगी पानी भी पीऊदा रोग ना टूआ, इस करके हूँ लिख के लिया कि साढ़े पिंड का पानी ताणी नहीं पीना रोगी ने। देख रहे जे ना, ये सारा मेरे फेस से पहले ਹੱਥਾਂ ਦੇ ਸੀ, ਪਹਿਲੇ ਹੁਣ ਤੁਹਾਡੇ ਹੱਥ ਸਾਹਮਣੇ ਹੈ, ਮੈਂ ਕੋਈ ਹੱਥ ਬਦਲੇ ਨਹੀਂ ਹੈ, ਹੱਥ ਤੁਹਾਡੇ ਸਾਹਮਣੇ ਸਾਫ਼ ਹੋਇਆ, ਚਿਹਰਾ ਸਾਫ਼ ਹੋਇਆ ਵਾ, ਇਹ ਮਹਾਰਾਜ ਦੀ ਕਿਰਪਾ ਹੀ ਹੈ, ਲੱਤਾਂ ਵੀ ਮੇਰੀਆਂ ਭਰੀਆਂ ਸੀ, ਲੱਤਾਂ ਵੀ ਸਾਫ਼ ਹੀ ਹੈ। ਅਤੇ ਬਾਬਾ ਜੀ ਨੇ ਪੱਲਾ ਲਾ ਕੇ, ਗਲ 'ਚ ਪੱਲਾ ਪਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ 'ਤੇ ਗਾੜੀ ਛੁੜੋ ਕੇ, ਬਾਬਾ ਜੀ ਮੇਰੇ ਗਰੀਬ ਸਿੱਖ ਦੇ ਵਿੱਚ ਕੀ ਤਾਕਤ ਆ, ਮੇਰਾ ਪੱਲਾ ਲਾਉਣ ਨਾਲ ਇਹਦਾ ਕੋੜ ਦੂਰ ਹੋ ਜੂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਮੁੱਖ ਤੋਂ ਫਰਮਾਇਆ ਕਿ ਜੇ ਤੂੰ ਪਹਿਲੇ ਦੂਸਰੇ ਬਚਨ ਨਾਲ ਉੱਠ ਖਲੋ ਨੂੰ, ਸਾਰੀ ਦੁਨੀਆ 'ਤੇ ਕੋੜ ਖਤਮ ਹੋ ਜਾਣਾ ਹੈ। ਹੁਣ ਮੇਰੇ ਸਾਲ ਦਾ ਇੱਕ ਰਾਜ ਹੀ ਹੋਊਗਾ, ਤੇਰੇ ਚੰਬਲ ਲੂਤ ਦੱਦਰ ਖਾਰਸ ਪੁਜਰੀ ਜਿਹਨੂੰ ਮੰਨਦੇ ਆ, ਜਿੰਨੇ ਵੀ ਆ ਜਾਣਗੇ ਰੋਜ ਦੇ ਉਹਨੇ ਭਾਵੇਂ ਲੱਖਾਂ ਜੇ ਲੱਖਾਂ ਹੀ ਰਾਜੀ ਹੋਣਗੇ। ਜਿਹਨੂੰ ਰੋਗ ਆ ਉਹਨੇ ਲਾਉਣੀ, ਉਹਨੇ ਰੱਖਣੀ, ਉਹਨੇ ਟੱਕਣੀ, ਦੂਜਾ ਬੰਦਾ ਉਹਨੂੰ ਹੱਥ ਨਾ ਲਾਵੇ। ਅੰਮ੍ਰਿਤ ਜੀ, ਡਾਕਟਰਸ ਕੋਲ ਤਾਂ ਬੜਾ ਇਲਾਜ ਕਰਾਇਆ, ਜਾਂ ਇਲਾਜ ਹੀ ਹੈ ਨਹੀਂ ਕਿਤੇ, ਸਿਰਫ ਗੁਰੂ ਮਹਾਰਾਜ ਦੇ ਦਰਦ 'ਤੇ ਹੈਗਾ ਜੀ, ਅਤੇ ਮੈਨੂੰ ਪਿਛਲੇ 5 ਸਾਲ ਤੋਂ ਰੋਗ ਹੈਗਾ ਜੀ ਸੋਰਾਇਸਿਸ ਦਾ। ਮੈਂ ਬੜੀ ਥਾਈਂ ਭੱਜਿਆ ਫਿਰਦਾ ਵਾਂ, ਪਰ ਜਦੋਂ ਮੈਨੂੰ ਪਤਾ ਲੱਗਾ ਵੀ ਗੁਰਦੁਆਰਾ ਸਾਹਿਬ 'ਚ ਰੋਗ ਠੀਕ ਹੁੰਦੇ ਆ, ਉਦੋਂ ਮਹਾਰਾਜ ਦੀ ਛੜਨ 'ਚ ਆ ਗਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੰਬਲ ਵਿੱਚ ਪਹੁੰਚੇ ਹਾਂ। ਇੱਕ ਐਸਾ ਗੁਰਦੁਆਰਾ ਸਾਹਿਬ ਬਣਿਆ ਹੈ, 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇੰਨੇ ਆਪਣੇ ਸੇਵਕ ਦੀ ਕਿਰਪਾ ਹੈ ਕਿ ਇੱਥੇ ਬੜੇ ਬੜੇ ਚਮਤਕਾਰ ਹੁੰਦੇ ਨੇ, ਕਈ ਰੋਗ ਦੂਰ ਹੁੰਦੇ ਨੇ, ਕੋੜ ਵਰਗੇ ਰੋਗ ਇੱਥੇ ਦੂਰ ਹੁੰਦੇ ਨੇ। ਸਾਡੇ ਨਾਲ ਇੱਥੋਂ ਦੇ ਮੁੱਖ ਸੇਵਾਦਾਰ ਹਾਜ਼ਰ ਨੇ ਬਾਬਾ ਜੀ, ਉਹਨਾਂ ਨਾਲ ਗੱਲ ਕਰਕੇ ਜਾਣਕਾਰੀ ਲੈਂਦੇ ਹਾਂ ਕਿਉਂ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਡਾਕਟਰ ਛੱਡ ਕੇ ਬੜੇ ਬੜੇ ਇਸ ਜਗ੍ਹਾ 'ਤੇ ਰੱਖ ਲੈਣ ਆਉਂਦੇ ਨੇ, ਕਾਹਦੀ ਰੱਖ ਬਣਾਈ ਆ ਅਤੇ ਕਿਉਂ ਰੱਖ ਲੈ ਕੇ ਜਾਂਦੇ ਆ, ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਆਪਣਾ ਨਾਂ ਦੱਸਿਓ, ਫਿਰ ਇਹ ਪਿੰਡ ਜ਼ਿਲ੍ਹਾ ਜ਼ਰੂਰ ਦੱਸਿਓ ਜੀ। ਮੇਰਾ ਨਾਂ ਸ਼ਵਿੰਦਰਪਾਲ ਸਿੰਘ ਆ, ਮੈਂ ਚੰਬਲ ਪਿੰਡ ਦੇ ਰਹਿਣ ਵਾਲਾ, ਅਤੇ ਮੈਨੂੰ ਇੱਥੇ ਸੇਵਾ ਮਤਲਬ ਸੇਵਾ ਦਿੱਤੀ ਆ। ਮੈਂ ਸਮਝਾਉਂਦਾ ਵਾਂ ਯਾਤਰੂਆਂ ਨੂੰ ਜਿਹੜੇ ਦੇਸਾਂ ਵਿਦੇਸਾਂ 'ਚੋਂ ਆਪਣੇ ਇੰਡੀਆ 'ਚੋਂ ਆਉਂਦੇ ਆ, ਇਹ ਬਾਬਾ ਜੀ ਦੀ ਮਰਜ਼ਾਦਾ ਸਮਝਾਉਂਦੇ ਆ, ਜਿਸ ਤਰ੍ਹਾਂ ਬਾਬਾ ਜੀ ਦੀ ਰੱਖ ਲਾਉਣੀ ਆ। ਅਤੇ ਇਹ ਤਰਨ ਤਾਰਨ ਦੇ ਲਾਗੇ ਸਿਰੋਂ ਪਿੰਡ ਆ, ਅਤੇ ਸਿਰੋਂ ਦੇ ਲਾਗੇ 2 ਕਿਲੋਮੀਟਰ ਲਹਿੰਦੇ ਵਾਲੇ ਬੰਨੇ ਚੰਬਲ ਪਿੰਡ ਆ, ਜਿੱਥੇ ਇਹ ਰੋਗ ਹਟਦੇ। ਇਹ ਸਥਾਨ ਜਿਹੜਾ ਵਾ, ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਰ ਆ, ਅਤੇ ਜਿੱਥੇ ਆਪਾਂ ਖਲੋਤੇ ਸਥਾਨ ਆ ਧੰਨ ਧੰਨ ਬਾਬਾ ਸਿੱਧ ਸਰਸਾਈ ਦਾ, 5ਵੇਂ ਪਾਤਸ਼ਾਹ ਦਾ ਇੱਥੇ ਵਰ ਹੋਇਆ। ਅਤੇ ਪਿੰਡ ਚੰਬਲ ਦੇ ਬਾਬਾ ਜੀ ਹੋਏ ਨਾਮ ਬੰਦਗੀ ਵਾਲੇ, ਉਹ ਨਾਮ ਸਿਮਰਨ ਆਪਣਾ ਕਰਕੇ, ਬੰਦਗੀ ਆਪਣੀ ਕਰਕੇ, ਪਾਠ ਪੂਜਾ ਕਰਕੇ ਬਾਬਾ ਜੀ। ਅਤੇ ਇੱਥੋਂ ਜੇ ਐਂਦੀ ਜਾਈਏ ਤਾਂ 10-15 ਕਿਲੋਮੀਟਰ ਆ ਚੜ੍ਹ ਕੇ ਜਾਈਏ, ਅਤੇ ਜੇ ਐਂਦੀ ਸਿੱਧਾ ਤੁਰ ਕੇ ਜਾਈਏ ਤਾਂ 6 ਕਿਲੋਮੀਟਰ ਆ, ਅਤੇ 6-7 ਕਿਲੋਮੀਟਰ ਐਂਦੀ ਤੁਰ ਕੇ ਜਾਈਏ। ਅਤੇ ਬਾਬਾ ਜੀ ਤੁਰ ਕੇ ਜਾਂਦੇ ਸੀ, ਤੁਰ ਕੇ ਆਉਂਦੇ ਸੀ, ਕਈ ਟੋਕਰੀ ਆਪਣੀ ਖੜ੍ਹਦੇ ਸੀ। 6ਵੇਂ ਪਾਤਸ਼ਾਹ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਦਾ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਵਾਲੇ ਸਰੋਵਰ ਦੀ ਸੇਵਾ ਲਵਾਈ ਸੀ, ਅਤੇ ਬਾਬਾ ਜੀ ਨੇਮੀ ਜਾਂਦੇ ਸੇਵਾ ਕਰਨ, ਆਪਣੀ ਕਈ ਆਪਣੀ ਟੋਕਰੀ ਆਪਣਾ ਰੋਟੀ ਪਾਣੀ ਛੱਕ ਕੇ ਜਾਂਦੇ, ਉੱਥੋਂ ਨਾ ਚਾਹ ਛੱਕਦੇ ਸੀ, ਨਾ ਪਾਣੀ ਪੀਂਦੇ ਸੀ, ਨਾ ਰੋਟੀ ਛੱਕਦੇ ਸੀ, ਅਤੇ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਸਰੋਵਰ ਸਾਹਿਬ ਦੀ ਕਰਦੇ। ਰਾਹ 'ਚ ਜੇ ਕੋਈ ਲੱਕੜ ਬਾਲਣ ਮਿਲ ਜਾਂਦਾ ਸੀ ਤਾਂ ਉਹ ਵੀ ਲੈ ਜਾਂਦੇ। ਲੰਮੇ ਸਮੇਂ ਤੋਂ ਸੇਵਾ ਕਰਦੇ ਰਹੇ, ਉੱਥੇ ਪਾਤਸ਼ਾਹ ਦੀਵਾਨ ਸੱਜਿਆ ਸੀ, ਕੋੜ ਦੇ ਰੋਗ ਵਾਲਾ ਆ ਗਿਆ। ਉਹਨੇ ਆਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗਾੜੀ ਬੇਨਤੀ ਕੀਤੀ, ਮੈਂ ਕੋੜ ਦੇ ਰੋਗ ਨਾਲ ਪੀੜਿਤ ਹਾਂ, ਮੇਰੇ 'ਤੇ ਕਿਰਪਾ ਕਰੋ, ਰਹਿਮਤ ਕਰੋ ਬਾਬਾ ਜੀ। ਬਾਬਾ ਜੀ ਨੇ ਸੰਗਤ ਦੇ ਵਿੱਚ ਆਵਾਜ਼ ਲਾਈ, ਮੇਰਾ ਨੇਮੀ ਸਿੱਖ ਉੱਠੋ, ਜਿੰਨੇ ਇੱਥੋਂ ਦਾ ਜਲ ਪਾਣੀ ਨਹੀਂ ਛਕਿਆ,
ते नियमित सेवा कीती होए, मतलब जितना मीह जावे नेरी जावे कोई फिर रोज सेवा करनी, नियमित सेवा करनी। ते जदों गुरु अर्जन देव पातशाह ने बचन छड़िया अपने मुख चों ते बाबा जी नहीं उठे, फिर दूसरा बचन गुरु अर्जन देव पातशाह ने छड़िया भी इस कोड़े नूं पला लाओ सत्त वारी जिहड़ा असीं इत्थे लाउणे आ, ते भई मेरा नियमित सिख उठो जिन्हें इत्थों दा जल पाणी नहीं छकिया। ते सेवा गुरु अर्जन देव पातशाह दे सलोवर साहिब दी कीती आ, ते बाबा जी फिर दूसरे बचन नाल नहीं उठे। फिर तीसरा बचन गुरु अर्जन देव पातशाह ने अपने मुख चों छड़िया बाबा चंबला उठ, ते बाबा जी फिर उठे आ, ते उन्हां कहा लाओ कोड़े नूं पला, बाबा जी ने सत्त वारी पला लाया जिहड़ा असीं इत्थे लाउणे आ गुरुद्वारे साहब हर जातरू दे रोगी दे। ते बाबा जी ने पला ला के गल च पला पा के गुरु अर्जन देव पातशाह ते गाड़ी छड़ो के बाबा जी मेरे गरीब सिख दे विच की ताकत आ, मेरा पला लाउण नाल इहदा कोड दूर हो जूगा। गुरु अर्जन देव पातशाह ने अपने मुख चों फरमाया कि जे तू पहले दूसरे बचन ना उठ खलो नूं सारी दुनिया ते कोड़ खत्म हो जाना है। हुण मेरे साल दा इक राज ही होगा तेरे चंबल लूत ददर खारस खुजली जिन्हों बंदे आ जिन्हें भी आ जाएंगे रोज दे उन्ने भावें लखा आज लखा ही राजी होणगे तेरे दर तों। ते बाबा जी ने कहा जी, उन्हें आख्या तेरे जदा तेरे पिंड दा कोई पला ला लू, साडा सारा पिंड ही पला लाउंदा वा, सारे पिंड नूं वर देता गुरु अर्जन देव पातशाह ने। ते उन्हें आख्या जी, बाबा जी कहिंदे बाबा जी इह कलयुग च बीमारी फैल गई ते अन्न पानी कित्थों छकावांगे इन्नी संगत नूं अहीं। ते बाबा जी ने जदों गुरु अर्जन देव पातशाह ने कहा जिहड़ा तेरे पिंड दा रोगी पानी ही पीऊदा रोग ना टूगा, इस करके अं लिख के लिया कि साढ़े पिंड का पानी ताणी नहीं पीना रोगी ने। ये गुरु अर्जन देव पातशाह दे मतलब उतों बख्शिश हुई है गुरु अर्जन देव पातशाह तरन तारण साहब तो। जिहड़ा इत्थे रोगी आउंदा उहनू असीं ये पला लाउणे आ, ते बाबा जी दी रख लईदी आ, वह कमरा भरिया वा, ते वह रख लोड़ अनुसार लै जांदा भई जे जितना कोई ज़्यादा रोग होए थोड़ी जी ज़्यादा लै जाणी आ, डेढ़ किलो इन्नी कु पा के लै जाणी आ, ये थोड़ा रोग आ तो थोड़ी लै जानी आ, एक जाके कोरा कुजा लेना चपनी समेत एक कौली एक गिलास अहीं इत्थों लिफाफे दिंदे आ, ते उहने लिफाफे च पा के लै जाणी, जाके कोरा कुजा ले ले आ कुजे इत्थे भी हुण दुकान पाई आ इत्थे भी इत्थों लैणा ते इत्थों ले ले, ते रख कुजे च पा के उस कमरे च लै जाणी आ। घर जिथे कोई मीट शराब सिगरट तंबाकू आंडा बीड़ी इहो जिहा बंदा उस कमरे च नहीं आउणा चाहीदा, बंदा घर का होए बाहर का होए गुआढ़ी होए रिश्तेदार नहीं आना चाहिए, जिन्हों रोग है उन्हें लाउनी उन्हें रखनी उन्हें ढकनी, दूजा बंदा उन्होंने हाथ ना लावे। अमृत वेले उठो, ज्यादा इस वक्त नहीं उठता, चार बजे पांच बजे छे बजे जदों उठता उठ के लैटरिन बाथरूम जाए, लैटरिन बाथरूम जाके बुरस करना दातन करनी, मूँह सुचा रखना, पानी अंदर नहीं जान देना, स्नान करके उस कमरे च आ जाना जिथे बाबा जी रख पई आ, उत्थे आ के उस गिलास थोड़ा जहा पानी लेके थोड़ी जी रख कढ के ते घोल के अपने शरीर ते सारे पतली पतली लाउणी, जे सारे शरीर ते रोग आ, जितना सरैसिस दा जिहड़ा सरैसिस रोग है बहुत नामराज बीमारी आ, इह ते हटदी नहीं जी किसे कीमत नाल नहीं हटदी, डाक्टर नाल नहीं हटदी, डाक्टर ते आप इत्थे आउंदे वाहिगुरू चंडीगढ़ तों, डाक्टर इत्थों रख बाबा जी दी लेके जांदे, सारे सारे कईआं परिवारां नूं होई आ इह रोग होया, उह फिर अपने सारे शरीर ते मलनी आ, मल के जितना अज लाई आपां ते कल चौवीआं घंटिआं बाद लाउणी, उस तों बाद इशनान नहीं करना, नाल रख लाउणी आ ते नाल लाउणी आ चौवीआं घंटिआं बाद लाउणी आ, दूर नेड़े नहीं जाणा, जाणा ते नागा नहीं पैण देणा, रोज़ रख लाउणी बाबा जी दी, नागा नहीं पैण देणा। ते गुरद्वारे जाओ मत्था टेको, उत्थे जा के इशनान नहीं करना, दूजी बार इशनान नहीं करीदा, मरन जम्मण वाली जगह ते जा सकदे, कोई सूतक पातक नहीं आण के नहाउणा नहीं, जूठा देणा नहीं, जूठा खाना नहीं, चमड़े का जोड़ा नहीं पाना, चमड़े की बैल्ट बैल्ट नहीं लाउनी, ये बाबा जी की मर्यादा, जो रमान आ गया कुजा गिलास जिहड़ा जो भी आ बाबा जी रख, जल प्रवाह कर देनी वगदे पानी च, उस तो बाद कुछ थोड़ी बाला अज पहला इतने कंजक खुवाते, तो कंजक हम लोग खाते नहीं गे, लोग नहीं बच्चे खिलाते, तो वह फिर ये गल है भी संगत ये अपने गुरुद्वारे साहब चढ़ा दो, जो भी किलो दो किलो आटा जो दाल दूल जो भी अपना लंगर का समान हों, जे इतने आ सकते इतने चढ़ा दौ, जे इतने नहीं आ जाता तो किसी गुरुद्वारे लागे ताडे गुरुद्वारा साहब उत्थे चढ़ा दौ, ये चढ़ाना जरूर आ। तो उस तो बाद शरीर जिहड़ा वा जिहने लाउणा, जे वह शादी शुदा तो उन्हें शरीर पवित्र रखना, ग्रस्त मार्क नहीं करना, घर वाली लागे भैन भरावान गुरु ने जिन्ना चिर बाबा जी रख लाउणी आ, घट तो घट जे चंबल लूत ददर आ
ਤੇ ਘੱਟ ਤੋਂ ਘੱਟ 40 ਦਿਨ ਲਾਉਣੀ ਪੈਂਦੀ ਆ 50 ਦਿਨ 40-50 ਦਿਨ ਜੇ ਸਰੈਸਿਸ ਆ ਤਾਂ ਫਿਰ ਵੈਗਰੂ 3-4 ਮਹੀਨੇ ਲਾਉਣੀ ਪੈਂਦੀ 6 ਮਹੀਨੇ ਲਾਉਣੀ ਪੈਂਦੀ ਜੇ ਸਰੈਸ ਦਾ ਰੋਗ ਹੈ ਇਹ ਸਾਰੀ ਮਰਜ਼ਾਲਾ ਬਾਬਾ ਜੀ ਇਹ ਜਿਹੜੀ ਰੱਖ ਆ ਜਿੱਦਾਂ ਤੁਸੀਂ ਮਿੱਟੀ ਕਹਿੰਦੇ ਜੀ ਇਹ ਕਿੱਥੋਂ ਸਰੋਵਰ 'ਚੋਂ ਪੁੱਟੀ ਆ ਜਾਂ ਕਿੱਥੋਂ ਲਿਆਂਦੀ ਇਹ ਵੀ ਸਾਡੇ ਦਰਸ਼ਕਾਂ ਜ਼ਰੂਰ ਦੱਸਿਓ ਅਸੀਂ ਜੀ ਆਪਣੀਆਂ ਇੱਥੋਂ ਆਪਣੀ ਪੈਲੀ 'ਚੋਂ ਲਿਆਉਂਦੇ ਪੁੱਟ ਕੇ ਉੱਤੋਂ ਅਸੀਂ ਮਿੱਟੀ ਜਿਹੜੀ ਆ ਪਛਾਂ ਕਰ ਲੈਂਦੇ ਜਿਸ ਤਰ੍ਹਾਂ ਕੋਈ ਉੱਤੇ ਬੂਟੀ ਉੱਗੀ ਹੁੰਦੀ ਆ ਜਾਂ ਕਣਕ ਬੀਜੀ ਆ ਜਾਂ ਕੋਈ ਚੀਜ਼ ਬੀਜੀ ਆ ਉਹਨਾਂ ਨੂੰ ਪਛਾਂ ਕਰ ਲੈਣੀ ਪੁੱਟ ਪੁੱਟ ਪਛਾਂ ਕਰਕੇ ਥੱਲਿਓਂ ਅਸੀਂ GCP ਨਾਲ ਟੋਆ ਮਰਵਾ ਕੇ ਥੱਲਿਓਂ ਵਧੀਆ ਸੁੱਚੀ ਲਿਆਣ ਕੇ ਅਤੇ ਅਸੀਂ ਸਲੋਵਰ ਦੇ ਵਿੱਚ ਰੱਖਦੇ ਹਾਂ ਸਲੋਵਰ ਦੇ ਵਿੱਚ ਰੱਖਣ ਤੋਂ ਬਾਅਦ 5-6 ਮਹੀਨਿਆਂ ਬਾਅਦ ਫਿਰ ਅਸੀਂ ਇਹਨੂੰ ਬਾਹਰ ਕੱਢਦੇ ਹਾਂ ਸਲੋਵਰ ਸੁਕਾ ਕੇ ਉਹ 'ਚੋਂ ਪਾਣੀ ਸੁਕਾ ਕੇ ਬਾਹਰ ਕੱਢਦੇ ਸੰਗਤ ਬਾਹਰ ਕੱਢ ਦਿੰਦੀ ਆ ਬਾਹਰ ਕੱਢ ਕੇ ਅਤੇ ਫਿਰ ਉਹਨੂੰ ਜਦੋਂ ਸੁੱਕ ਜਾਂਦੀ ਅਸੀਂ ਫਿਰ ਉਹਨੂੰ ਕਮਰੇ ਦੇ ਵਿੱਚ ਖੜ੍ਹਦੇ ਹਾਂ ਅਤੇ ਉਹ ਅਸੀਂ ਦਿੰਦੇ ਹਾਂ ਬਸ ਉਹ ਇਹ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਣੇ ਪਿੰਡ ਆਪਣੀ ਜੂਹ ਦੀ ਲਿਆਉਣੀ ਆ ਮਿੱਟੀ ਸਾਡੀ ਆਪਣੀ ਹੈ ਚੰਬਲ ਨਗਰ ਦੀ ਵਾਹਿਗੁਰੂ ਦੂਜੇ ਥਾਂ ਤੋਂ ਨਹੀਂ ਲਿਆਉਣੀ ਸਾਡੇ ਹੀ ਪਿੰਡ ਨੂੰ ਵਾਰਿਆ ਹੋਰ ਨਹੀਂ ਕਿਸੇ ਨੂੰ ਵਾਰਨੇ ਦਾ ਹੋਰ ਕਿਸੇ ਜਿੱਦਾਂ ਤੁਸੀਂ ਕਿਹਾ ਕਿ ਸਾਰਾ ਪਿੰਡ ਵੀ ਪੱਲਾ ਲਾ ਲੈਂਦਾ ਹੈ ਐਸੀ ਕਿਰਪਾ ਪਰਮਾਤਮਾ ਦੀ ਕਿ ਸਾਰਾ ਪਿੰਡ ਹੀ ਉਹਦਿਆਂ ਨਸ਼ੇ ਕਦਮਾਂ 'ਤੇ ਚੱਲਦਾ ਉਹਦਾ ਵੀ ਜਵਾਨ ਭਾਵੇਂ 100 ਸਾਲ ਦਾ 50 ਸਾਲ ਦਾ ਭਾਵੇਂ 10 ਸਾਲ ਦਾ ਬੱਚਾ ਹੋਵੇ ਜਿਹੜਾ ਮਰਜ਼ੀ ਪੱਲਾ ਲਾ ਸਕਦਾ ਗੁਰੂ ਦੀ ਕਿਰਪਾ ਹੋ ਗਈ ਕਿਉਂਕਿ ਬਾਬਾ ਜੀ ਨੇ ਆਪਣੇ ਮੁੱਖ 'ਚੋਂ ਬਚਨ ਕੱਢਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੁਹਾਨੂੰ ਪਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਫਿਰ ਕੀ ਆ ਰੱਬ ਆ ਤੱਤੀਆਂ ਲੋਹਾਂ ਦੇ ਬਹਿਣ ਵਾਲਾ ਕੋਈ ਥੋੜ੍ਹੀ ਖੇਡਿਆ 10 ਪਾਤਸ਼ਾਹ ਜੋਤ 5ਵੇਂ ਪਾਤਸ਼ਾਹ ਕੀ ਨਹੀਂ ਕਰ ਸਕਦੇ ਇੱਥੇ ਕੋਈ ਗੁੜ ਦੀ ਮਰਿਆਦਾ ਵੀ ਹੈਗੀ ਆ ਕੋਈ ਗੁੜ ਲੈਣਾ ਪਿਆ ਉਹ 2.25 ਕਿਲੋ ਗੁੜ ਲਿਆਈਦਾ ਉਹ ਇਸ ਕਰਕੇ ਲਿਆਈਦਾ ਕਿ ਰੋਗੀ ਦਾ ਰੋਗ ਵੰਡਿਆ ਜਾਂਦਾ ਇਹਨਾਂ ਨਾਲ ਮਤਲਬ ਵੰਡ ਦਈਦਾ ਬੱਚਿਆਂ ਜਿਹੜਾ ਤੁਸੀਂ ਵੇਂਦੇ ਕਾਊਂਟਰ 'ਤੇ ਵੰਡਦੇ ਹਾਂ ਜੇ ਵੱਧ ਜਾਵੇ ਉਹ ਅਸੀਂ ਗੁਰਦੁਆਰਿਆਂ 'ਚ ਦੇ ਆਉਂਦੇ ਹਾਂ ਅਤੇ ਲਾਗੇ ਲਾਗੇ ਗੁਰਦੁਆਰਿਆਂ ਦੇ ਵਿੱਚ ਦੇ ਆਈਦਾ ਉਹ ਉੱਥੇ ਵੰਡਿਆ ਜਾਂਦਾ ਕੋਈ ਆਪਣਾ ਚੌਲ ਬਣਾ ਲੈਂਦਾ ਕੋਈ ਉਸ ਤਰ੍ਹਾਂ ਵੰਡ ਲੈਂਦਾ ਉਹ ਰੋਗੀ ਦਾ ਰੋਗ ਹੀ ਵੰਡਿਆ ਜਾਂਦਾ ਬਸ ਇਹ ਸਾਰੀ ਗੁਰੂ ਸਾਹਿਬ ਦੀ ਤਾਂ ਆਪਣਾ ਕਨੈਕਟ ਨੰਬਰ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿਉਂਕਿ ਬਾਹਰ NRI ਬੈਠੇ ਵੀਰ ਸਾਡੇ ਹਮੇਸ਼ਾ ਇਹ ਕਮੈਂਟ ਕਰਦੇ ਆ ਕਿ ਨੰਬਰ ਸਾਨੂੰ ਜ਼ਰੂਰ ਸਾਂਝਾ ਕਰਿਆ ਕਰੋ ਵਾਹਿਗੁਰੂ ਜਿਹੜਾ ਅਸੀਂ ਪੇਪਰ ਦਿੰਦੇ ਹਾਂ ਇੱਥੇ ਸੰਗਤ ਨੂੰ ਉਹਦੇ 'ਤੇ 3-4 ਟੈਲੀਫੋਨ ਨੰਬਰ ਲਿਖੇ ਹੁੰਦੇ ਸਾਡੇ ਉੱਤੇ ਪਹਿਲਾ ਪ੍ਰਧਾਨ ਦਾ ਦੂਸਰਾ ਮੇਰਾ ਤੀਸਰਾ ਗ੍ਰੰਥੀ ਦਾ ਚੌਥਾ ਗੁਰਬਚਨ ਸਿੰਘ ਦਾ ਅਤੇ ਜਿਹੜਾ ਮੇਰੀ 'ਤੇ ਡਿਊਟੀ ਆ ਗੁਰਦੁਆਰਾ ਸਾਹਿਬ ਅਤੇ ਮੇਰਾ ਨੰਬਰ ਆ 7443-7272-573 ਅੱਗੇ ਇੰਟਰਨੈਟ 'ਤੇ ਯੂਟਿਊਬ 'ਤੇ ਚੱਲਦਾ 7443-7272-573 ਤਾਂ ਇਹ ਸਨ ਬਾਬਾ ਸਿੱਧ ਸਰਸਾਈ ਜੀ ਦੇ ਮੁੱਖ ਸੇਵਾ ਸੁਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ ਕਿ ਵੱਡੇ ਤੋਂ ਵੱਡਾ ਰੋਗ ਜਿਹੜੇ ਡਾਕਟਰ ਨਹੀਂ ਮਿਟਾ ਸਕਦੇ ਅਤੇ ਖੁਦ ਡਾਕਟਰ ਉਹਨਾਂ ਨੇ ਦੱਸਿਆ ਕਿ ਡਾਕਟਰ ਵੀ ਇੱਥੋਂ ਬਾਬਾ ਜੀ ਦੀ ਰੱਖ ਲੈ ਕੇ ਜਾਂਦੇ ਨੇ ਸਾਰਾ ਪਿੰਡ ਪੱਲਾ ਲਾਉਂਦਾ ਇਹ ਵੀ ਇੱਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇੱਕ ਅਪਾਰ ਕਿਰਪਾ ਇਸ ਪਿੰਡ ਵਿੱਚ ਹੋਈ ਅਤੇ ਚਮਤਕਾਰ ਬੜੇ ਬੜੇ ਹੁੰਦੇ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਬਾਹਰੋਂ ਜਿਹੜੀ ਆਉਂਦੀ ਆ ਅਤੇ ਗੂਗਲ 'ਤੇ ਵੀ ਤੁਸੀਂ ਸਰਚ ਕਰ ਸਕਦੇ ਜੇ ਕਿ ਧੰਨ ਧੰਨ ਬਾਬਾ ਸਿੱਧ ਸਰਸਾਈ ਪਿੰਡ ਚੰਬਲ ਜ਼ਿਲ੍ਹਾ ਤਰਨ ਤਾਰਨ ਕਿੱਥੇ ਆਉਂਦਾ ਹੈ ਤਾਂ ਸਾਨੂੰ ਕਮੈਂਟ ਸ਼ੇਅਰ ਕਰਕੇ ਦੱਸਿਓ ਕਿ ਵਾਕਈ ਇਸ ਗੁਰਦੁਆਰਾ ਸਾਹਿਬ ਵਿੱਚ ਚਮਤਕਾਰ ਹੁੰਦੇ ਨੇ ਤੁਸੀਂ ਦੇਖਦੇ ਹੋ NRI ਪੰਜਾਬੀ TV ਮੈਂ ਹਾਂ ਜਸਵੀਰ ਸਿੰਘ ਸੀਨਾ ਤਰਨ ਤਾਰਨ ਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਕੁਝ ਮਰੀਜ਼ ਆਪਾਂ ਕਹਿ ਸਕਦੇ ਜਿਹੜੇ ਪਹੁੰਚੇ ਆ ਜਿਹੜੇ ਇਸ ਚਮੜੀ ਦੇ ਰੋਗ ਤੋਂ ਪੀੜਤ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿੱਥੋਂ ਆਏ ਆ ਕੀ ਨਾਂ ਆ ਅਤੇ ਵਾਕਈ ਇੱਥੇ ਚਮਤਕਾਰ ਹੁੰਦੇ ਆ ਵੀਰ ਜੀ ਕੀ ਨਾਮ ਆ ਤੁਹਾਡਾ ਅਤੇ ਕਿਹੜੇ ਪਿੰਡੋਂ ਆਏ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਅਤੇ ਮੈਂ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਅਤੇ ਕੀ ਰੋਗ ਸੀ ਅਤੇ ਕੀ ਡਾਕਟਰਾਂ ਤੋਂ ਦਵਾਈ ਨਹੀਂ ਲਈ ਇੱਥੇ ਕਿਉਂ ਆਏ ਫਿਰ ਵੀਰ ਜੀ ਡਾਕਟਰਸ ਕੋਲ ਤਾਂ ਬੜਾ ਇਲਾਜ ਕਰਾਇਆ ਜਾਂ ਇਲਾਜ ਹੀ ਹੈ ਨਹੀਂ ਕਿਤੇ ਸਿਰਫ ਗੁਰੂ ਮਹਾਰਾਜ ਦੇ ਦਰਦ ਹੈਗਾ ਜੀ ਅਤੇ ਮੈਨੂੰ ਪਿਛਲੇ 5 ਸਾਲ ਤੋਂ ਰੋਗ ਹੈਗਾ ਜੀ ਸੋਰਾਇਸਿਸ ਦਾ ਮੈਂ ਬੜੀ ਥਾਈਂ ਭੱਜਿਆ ਫਿਰਦਾ ਵਾਂ ਪਰ ਜਦੋਂ ਮੈਨੂੰ ਪਤਾ ਲੱਗਾ ਵੀ ਗੁਰਦੁਆਰਾ ਸਾਹਿਬ 'ਚ ਰੋਗ ਠੀਕ ਹੁੰਦੇ ਆ ਉਦੋਂ ਮਹਾਰਾਜ ਦੇ ਛੱਡਣ 'ਚ ਆ ਗਏ ਆਪਾਂ ਹੁਣ ਉਹ ਵਾਕਈ ਤੁਹਾਨੂੰ ਲੱਗਦਾ ਇਹ ਫਰਕ ਆ ਜਿਵੇਂ ਤੁਹਾਡਾ ਚਿਹਰਾ ਸਾਫ਼ ਹੋ ਗਿਆ ਪਰ ਸਰੀਰ 'ਤੇ ਅਜੇ ਵੀ ਥੋੜ੍ਹੀ ਜਿਹੀ ਹੈਗੀ ਆ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਸ ਵੀਰ ਦਾ ਰੋਗ ਵਿਖਾਇਆ ਜਾਵੇ ਕਿਉਂਕਿ ਕਈ ਲੋਕ ਕਹਿ ਦਿੰਦੇ ਆ ਕਿ ਚਮਤਕਾਰ ਨਹੀਂ ਹੁੰਦੇ ਪਰ ਚਮਤਕਾਰ ਹੁੰਦੇ ਨੇ ਕਿੰਨੇ ਦਿਨਾਂ ਦੇ ਵਿੱਚ ਫਰਕ ਪਿਆ ਹੈ ਕਿੰਨੇ ਦਿਨਾਂ 'ਚ ਵੇਖ ਰਹੇ ਜੇ ਨਾ ਇਹ ਸਾਰਾ ਮੇਰੇ ਫੇਸ 'ਤੇ ਸੀ ਪਹਿਲੇ ਹੱਥਾਂ 'ਤੇ ਸੀ ਪਹਿਲੇ ਹੁਣ ਤੁਹਾਡੇ ਹੱਥ ਸਾਹਮਣੇ ਹੈ ਮੈਂ ਕੋਈ ਹੱਥੇ ਬਦਲੇ ਨਹੀਂ ਗਏ ਹੱਥ ਤੁਹਾਡੇ ਸਾਹਮਣੇ ਸਾਫ਼ ਹੋਇਆ ਚਿਹਰਾ ਸਾਫ਼ ਹੋਇਆ ਵਾ ਇਹ ਮਹਾਰਾਜ ਦੀ ਕਿਰਪਾ ਹੀ ਹੈ ਲੱਤਾਂ ਵੀ ਮੇਰੀਆਂ ਭਰੀਆਂ ਸੀ ਲੱਤਾਂ ਵੀ ਸਾਫ਼ ਹੋਈਆਂ ਜੀ ਵਾਕਈ ਦੂਜਿਆਂ ਨੂੰ ਵੀ ਇਹ ਮੈਂ ਕਹੂੰਗਾ ਵੀਰ ਨੂੰ ਕਹੂੰਗਾ ਵੀਰ ਦਾ ਵੇਖ ਜਾਵੇ ਲੱਤਾਂ 'ਤੇ ਚਮੜੀ ਦਾ ਵਾਕਈ ਵਾਹ ਵਾਕਈ ਬਹੁਤ ਵੀਰ ਦਾ ਬੁਰਾ ਹਾਲ ਸੀ ਪਰ
ਹੁਣ ਵਾਕਈ ਲੋਕਾਂ ਨੂੰ ਇਹ ਕਹਿਣਾ ਚਾਹੋਗੇ ਕਿ ਨਾ ਦਵਾਈਆਂ ਦਾ ਨਜਾਇਜ਼ ਖਰਚਾ ਕਰੋ ਤੇ ਇਸੇ ਗੁਰਦੁਆਰਾ ਸਾਹਿਬ ਵਿੱਚ ਆ ਜਾਓ? ਇਹ ਜ਼ਰੂਰ ਕਹਿਣਾ ਚਾਹਾਂਗੇ, ਗੁਰੂ ਮਹਾਰਾਜ ਦੀ ਇੰਨੀ ਸ਼ਕਤੀ ਹੈ ਨਾ, ਸਾਰੇ ਰੋਗ ਦੂਰ ਹੁੰਦੇ ਆ। ਜ਼ਰੂਰ ਆਓ ਵੀਰੇ, ਡਾਕਟਰਸ ਕੋਈ ਫਾਇਦਾ ਨਹੀਂ ਗਾ ਬਿਮਾਰੀ ਪਿੱਛੇ ਭੱਜਣ ਦਾ। ਗੁਰੂ ਮਹਾਰਾਜ ਦੇ ਕੋਲ ਦਰ ਤੇ ਆਓ, ਅਸੀਂ ਤਾਂ ਅਸੀਂ ਬੇਨਤੀ ਕਰਦੇ ਸਾਰੇ ਸੰਗਤ ਨੂੰ। ਸਾਡੇ ਨਾਲ ਹੋਰ ਵੀ ਵੀਰ ਇੱਕ ਦਿੱਲੀ ਤੋਂ ਆਇਆ ਹੈ, ਉਹ ਵੀ ਇਸ ਰੋਗ ਤੋਂ ਪੀੜਤ ਸੀ, ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ ਕੀ ਨਾਂ ਹੈ ਤੇ ਕਿੱਥੋਂ ਆਏ ਜੀ ਤੁਸੀਂ? ਮੇਰਾ ਨਾਮ ਸੋਨੂ ਹੈ ਔਰ ਮੈਂ ਦਿੱਲੀ ਸੇ ਆਇਆ ਹੂੰ। और मैंने गुरुद्वारे के बारे में वीडियो देखी थी यूट्यूब पे, और मैं जब से आया हूँ जब से मैं मुझको बहुत ज़्यादा आराम लग रहा है। मेरे को सोराइसिस थी 15 साल से, और मैंने इतने सारे इलाज कराए थे, मुझे कहीं से कोई फ़र्क नहीं पड़ा। और अब मुझे सिर्फ 25 दिन हुए हैं और मेरे को काफ़ी फ़र्क लग रहा है मेरे सोराइसिस में। तो मैं लोगों से यही कहना चाहूँगा कि आप, अगर आपको सोराइसिस है तो आप डॉक्टर्स के पास ना जाएं, क्योंकि इसका कोई इलाज नहीं है। और यहाँ पे बाबा की बहुत कृपा है, आप यहाँ पे आके रख लगाएं या यहाँ से रख लेके जाएं और अपने आप को जल्द से जल्द ठीक करें। एक गल सवाल जरूर करना चाहूँगा, साहब श्री गुरु अर्जन देव पंजवें पातशाह तत्ती लोह ते बह गए साडे वास्ते, वाकई उन्हें जो शक्ति हैगी कि नहीं, दिल्ली जाके जरूर दस्यो जी। बिल्कुल बिल्कुल, ये बिल्कुल मेरी महसूस की हुई बात है कि गुरु अर्जन देव जी का जो वरदान है वो सच में मतलब काम करता है, और मैंने अपनी आंखों से यहाँ पे चमत्कार होते हुए देखे हैं। अपने ऊपर तो देखा ही है, लेकिन मेरे जो और लोग आए हुए थे यहाँ पे, मैंने उनको देखा। मेरे साथ एक रूममेट था जो कि बहुत ही परेशान हाल था, और वो यहाँ से 40 दिन में ठीक होके चला गया, मुझसे ज़्यादा उसकी परेशानी थी। तो यहाँ पे गुरु अर्जन देव जी, बाबा सतसर साई जी का जो वरदान है वो सच में काम करता है। और जब तक ये दुनिया रहेगी, जब तक ये वरदान काम करेगा, तो जो भी मेरे भाई बंधु परेशान है पूरी दुनिया में, कहीं पे भी किसी को भी कोई सी भी स्किन की प्रॉब्लम है, वो यहाँ पे आए और अपने आप के लिए अपने आप को आराम पहुँचाए जल्द से जल्द। धन्यवाद। ये असी उन्हां अपने वीरां वास्ते पीड़ित रोगियों ना गल कराई है, जिहड़े कमेंट करके दसते हैं कि इस तरह नहीं हुंदा, इस तरह चमत्कार नहीं हुंदे, इस तरह रोग नहीं हटते। वीर ने दसा है कि दिल्ली जाके जरूर दसांगा कि पंजवें पातशाह साहब श्री गुरु अर्जन देव विच किन्नी शक्ति आ, ते उहदे भगतां दे विच किन्नी शक्ति। ते सब तो वड्डी हैरानगी वाली गल आ, इस पिंड दे लोक ਉਹ ਵੀ ਕਿਸੇ ਸੰਤਾਂ ਫਕੀਰਾਂ ਫਕਰਾਂ ਤੋਂ ਘੱਟ ਨਹੀਂ। ਇੱਕ 10 ਸਾਲ ਦਾ ਬੱਚਾ ਵੀ ਪੱਲਾ ਲਾਉਂਦਾ ਹੈ, ਅਤੇ 100 ਸਾਲ ਦਾ ਜਿਹੜਾ ਬਜ਼ੁਰਗ ਉਹ ਵੀ ਪੱਲਾ ਲਾਉਂਦਾ ਹੈ, ਅਤੇ ਰੋਗੀ ਠੀਕ ਹੁੰਦੇ ਨੇ। ਤੁਸੀਂ ਦੇਖਦੇ ਰਹੋ NRI ਪੰਜਾਬੀ TV। ਮੈਂ ਜਸਵੀਰ ਸਿੰਘ ਸ਼ੀਨਾ, ਤਰਨ ਤਾਰਨ।